ਲਾਕਡਾਊਨ ਦੌਰਾਨ ਜਿੱਥੇ ਸਾਰੇ ਬੱਚੇ ਘਰਾਂ 'ਚ ਬੈਠ ਕੇ ਆਨਲਾਈਨ ਕਲਾਸਾਂ ਲੈ ਰਹੇ ਨੇ ਉੱਥੇ ਹੀ ਇੱਕ ਅਜਿਹਾ ਹਾਦਸਾ ਸਾਹਮਣੇ ਆਇਆ ਜਿੱਥੇ ਚੰਡੀਗੜ੍ਹ ਦੇ ਵਿੱਚ 13 ਸਾਲ ਦਾ ਬੱਚਾ ਜਿਸਨੇ ਪਬਜੀ ਖੇਡਦਿਆਂ ਖੇਡਦਿਆਂ ਘਰਦਿਆਂ ਦੇ 16 ਲੱਖ ਰੁਪਏ ਉਡਾ ਦਿੱਤੇ। ਅੱਜਕੱਲ ਦੀ ਨੌਜਵਾਨ ਪੀੜ੍ਹੀ ਤੇ ਚਾਈਨੀਜ਼ ਗੇਮਾਂ ਦਾ ਖੁਮਾਰ ਸਿਰ ਚੜ ਕੇ ਬੋਲ ਰਿਹਾ ਹੈ ਜਿਸ ਦੇ ਬੁਰੇ ਨਤੀਜੇ ਸਾਹਮਣੇ ਆ ਰਹੇ ਨੇ। ਤਾਜ਼ਾ ਮਾਮਲਾ ਚੰਡੀਗੜ੍ਹ ਦਾ ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ ਇੱਕ ਨੌਜਵਾਨ ਨੂੰ ਪਬਜੀ ਖੇਡਣਾ ਉਸਦੇ ਪਰਿਵਾਰ ਨੂੰ 16 ਲੱਖ ਦਾ ਪੈ ਗਿਆ। ਜੀ ਹਾਂ, ਇਹ ਬਿਲਕੁਲ ਸੱਚ ਹੈ। ਇਸ 13 ਸਾਲ ਦੇ ਨੌਜਵਾਨ ਨੂੰ ਭਿਣਕ ਨਹੀਂ ਸੀ ਕਿ ਜੋ ਪਬਜੀ ਉਹ ਸ਼ੌਂਕ ਨਾਲ ਖੇਡਦਾ ਇੱਕ ਦਿਨ ਉਹੀ ਉਹਨਾਂ ਨੂੰ ਕੰਗਾਲ ਕਰ ਦੇਵੇਗੀ। ਇਹ ਬੱਚਾ ਲਗਾਤਾਰ ਵਰਚੁਅਲ ਹਥਿਆਰ ਖਰੀਦਦਾ ਰਿਹਾ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਹ ਡਿਜੀਟਲ ਵਰਚੁਅਲ ਹਥਿਆਰ ਉਸ ਨੂੰ 16 ਲੱਖ ਦੇ ਪੈ ਜਾਣਗੇ। ਇਸ ਬਾਰੇ ਪਰਿਵਾਰ ਨੂੰ ਉਦੋਂ ਪਤਾ ਲੱਗਿਆ ਜਦੋਂ ਮੋਬਾਈਲ ਤੇ 30,000 ਦੀ ਕਟੌਤੀ ਦਾ ਮੈਸੇਜ ਆਇਆ, ਜਿਸ ਮਗਰੋਂ ਪਰਿਵਾਰ ਨੇ ਬੈਂਕ ਜਾ ਕੇ ਪੂਰੀ ਜਾਣਕਾਰੀ ਹਾਸਲ ਕਰਨੀ ਚਾਹੀ ਤਾਂ ਉਦੋਂ ਪਤਾ ਲੱਗਿਆ ਕਿ 16 ਲੱਖ ਦਾ ਨੁਕਸਾਨ ਹੋ ਚੁੱਕਿਆ ਤੇ ਸੁਣ ਕੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਚੁੱਕੀ ਸੀ। 30 ਅਪ੍ਰੈਲ ਨੂੰ ਸਾਨੂੰ ਦੱਸਿਆ ਸੀ, 30,000 ਦੀ ਐਂਟਰੀ ਦਾ ਪਤਾ ਲੱਗਿਆ ਸੀਗਾ। ਫਿਰ ਉਸ ਤੋਂ ਬਾਅਦ ਅਸੀਂ ਸੋਚਿਆ ਵੀ ਚਲੋ ਕੋਈ ਗੱਲ ਨੀ, ਮਾਫ਼ ਕਰਤਾ ਅਸੀਂ। ਇਹ ਕਹਿੰਦਾ ਵੀ ਮੈਂ ਹੁਣ ਨਹੀਂ ਖੇਡਦਾ ਹੈਗਾ। ਫਿਰ ਉਸ ਤੋਂ ਬਾਅਦ ਇਹਨੇ ਫਿਰ ਦੁਬਾਰਾ ਉਸ ਤਰ੍ਹਾਂ ਹੀ, ਫਿਰ ਮਈ ਵੀ ਜੂਨ ਵੀ ਉੱਦਾਂ ਹੀ ਚੱਲਦਾ ਰਿਹਾ। ਹਸਬੈਂਡ ਜਦੋਂ ਆਏ ਫਿਰ ਅਸੀਂ ਬੈਂਕ 'ਚ ਗਏ, ਸਾਨੂੰ ਫਿਰ ਪਤਾ ਲੱਗਿਆ ਸੀਗਾ ਚਲੋ FDR ਵਗੈਰਾ ਕਰਾ ਦਿੰਦੇ ਵੀ 12 ਲੱਖ ਰੁਪਏ ਪਿਆ। ਫਿਰ ਉਹ ਬੈਂਕ ਵਾਲੇ ਕਹਿੰਦੇ ਵੀ ਤੁਹਾਡੇ ਖਾਤੇ 'ਚ ਸਿਰਫ 12,000 ਰੁਪਇਆ ਰਹਿ ਗਿਆ, ਤੁਸੀਂ ਕਹਿ ਰਹੇ ਵੀ FDR ਕਰਾਉਣੀ ਹੈ। ਅਸੀਂ ਤਾਂ ਫਿਰ ਇੱਕਦਮ ਸ਼ੌਕ ਹੋ ਗਿਆ। ਮਤਲਬ ਕਿ ਇੱਕ ਅਕਾਊਂਟ ਦੇ ਵਿੱਚ ਜਿਵੇਂ 12 ਲੱਖ ਰੁਪਇਆ ਸੀਗਾ ਤੇ 1 ਲੱਖ ਰੁਪਇਆ ਵਿਆਜ ਹੋ ਗਿਆ ਹੋਣਾ, 13 ਲੱਖ ਰੁਪਏ ਦੇ ਕਰੀਬ ਸੀਗਾ ਇੱਕ 'ਚ। ਤੇ ਅਸੀਂ ਜਾ ਕੇ ਉਹਨਾਂ ਨੂੰ ਕਿਹਾ ਵੀ ਇੱਦਾਂ ਕਰਕੇ ਸਾਡੀਆਂ FDR ਕਰਾ ਦਿਓ, ਵੀ FDR ਕਰ ਦਿਓ, ਸਾਨੂੰ ਅਕਾਊਂਟ ਸਾਡਾ ਅਮਾਊਂਟ ਦੱਸ ਦਿਓ। ਕਿੰਨਾ ਟੋਟਲ ਕਿੰਨਾ ਨੁਕਸਾਨ ਹੋਇਆ ਸਰ? 16.5 ਲੱਖ ਦੇ ਕਰੀਬ। ਇਸ ਸਬੰਧੀ ਪਬਜੀ ਖੇਡਣ ਵਾਲੇ ਲੜਕੇ ਦਾ ਕੀ ਕਹਿਣਾ ਹੈ, ਆਓ ਉਹ ਵੀ ਸੁਣ ਲੈਂਦੇ ਹਾਂ। ਤੇ ਪਤਾ ਨਹੀਂ ਲੱਗਿਆ ਕਿ ਪੈਸੇ ਜਿਹੜੇ ਨੇ ਉਹ ਨਿਕਲ ਰਹੇ ਨੇ, ਤੇ ਪੈਸੇ ਗਏ ਕਿੱਥੇ? ਮਤਲਬ ਤੁਸੀਂ ਕੋਈ ਗਿਫਟ ਖਰੀਦ ਰਹੇ ਸੀ ਗੇਮ 'ਚ, ਕੋਈ ਹਥਿਆਰ ਖਰੀਦ ਰਹੇ ਸੀ? ਕਿਉਂਕਿ ਅਸੀਂ ਸਾਨੂੰ ਪਤਾ ਲੱਗਿਆ ਕਿ ਗੋਲੀਆਂ ਵਾਲੀ ਗੇਮ ਹੈ, ਥੋੜੀ ਜੀ ਵਾਇਲੈਂਟ ਗੇਮ ਹੈ। ਗੇਮ ਦੇ ਵਿੱਚ ਹੀ ਮਤਲਬ ਅਪਗ੍ਰੇਡੇਬਲ ਵਗੈਰਾ? ਤੁਹਾਨੂੰ ਪਤਾ ਤੁਹਾਡੇ ਜਿਹੜੇ ਪਿਤਾ ਨੇ ਉਹਨਾਂ ਦੀ ਇੱਕ ਕਿਡਨੀ ਹੈ, ਮਾਤਾ ਜੀ ਜਿਹੜੇ ਨੇ ਤੁਹਾਡੇ ਮਦਰ ਨੇ ਉਹ ਡਿਪਰੈਸ਼ਨ ਨੇ ਉਹਨਾਂ ਨੂੰ, ਤੇ ਹੁਣ ਕਿਤੇ ਨਾ ਕਿਤੇ ਅਫਸੋਸ ਹੋ ਰਿਹਾ ਕਿ ਪੈਸੇ ਜਿਹੜੇ ਮੈਂ ਇੰਨੇ ਜ਼ਿਆਦਾ ਖਰਚ ਤੇ ਹੁਣ ਉਹ ਵਾਪਸ ਨਹੀਂ ਆ ਸਕਦੇ, ਅਫਸੋਸ ਹੋ ਰਿਹਾ। ਹਾਂਜੀ। ਸੋ ਲੋੜ ਹੈ ਮਾਪਿਆਂ ਨੂੰ ਆਪਣੇ ਬੱਚਿਆਂ ਤੇ ਵਿਸ਼ੇਸ਼ ਧਿਆਨ ਦੇਣ ਦੀ ਤਾਂ ਜੋ ਇਸ ਤਰ੍ਹਾਂ ਦੇ ਨੁਕਸਾਨ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਬਚਿਆ ਜਾ ਸਕੇ। ਬਸ ਜ਼ਮਰ ਮਾ ਜ਼ੀ ਮੀਡੀਆ ਚੰਡੀਗੜ੍ਹ।